ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ ਅਤੇ ਭਾਈ ਕਨਈਆ ਜੀ ਦੇ 315ਵੇਂ ਮੱਲਮ ਪੱਟੀ ਦਿਵਸ ਨੂੰ ਸਮਰਪਿਤ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ SGPC ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਕੀਤਾ ਗਿਆ। ਖੂਨਦਾਨ ਦੇ ਇਸ ਮਹਾਂਕੁੰਭ ਵਿੱਚ ਵੱਡੀ ਗਿਣਤੀ ਨੌਜਵਾਨ, ਬੱਚੇ, ਬੱਚੀਆਂ ਅਤੇ ਹੋਰ ਪ੍ਰਾਣੀਆਂ ਨੇ ਵੀ ਖੂਨਦਾਨ ਕਰਕੇ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜ ਅਤੇ ਇਹਨਾਂ ਕਾਰਜਾਂ ਨੂੰ ਨੇਪਰੇ ਚਾੜਨ ਵਾਲੇ ਪ੍ਰਾਣੀ ਵਧਾਈ ਦੇ ਪਾਤਰ ਹਨ। ਜਥੇਦਾਰ ਨਿਮਾਣਾ ਨੇ ਕਿਹਾ ਕਿ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜ ਗੁਰੂ ਸਾਹਿਬ ਆਪ ਸਹਾਈ ਹੋ ਕੇ ਕਰਵਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਹੈ ਕਿ ਭਾਈ ਕਨਈਆ ਜੀ ਸੇਵਾ ਮਿਸ਼ਨ ਸੁਸਾਇਟੀ ਜਿਹੜੀ ਹੈ ਉਹਦੇ ਵੱਲੋਂ ਬਹੁਤ ਵੱਡੀ ਪੱਧਰ 'ਤੇ ਕਈ ਵਾਰ ਕੈਂਪ ਲਗਾਏ ਜਾਂਦੇ ਨੇ, ਮਹੀਨੇ ਬਾਅਦ, 6 ਮਹੀਨੇ, 2 ਮਹੀਨੇ ਬਾਅਦ ਕਈ ਥਾਵਾਂ 'ਤੇ ਇਹਨਾਂ ਨੇ ਕੈਂਪ ਲਗਾਏ ਨੇ। ਔਰ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਜਗਤ ਤਾਰਕ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਹਨਾਂ ਨੇ ਅੱਜ ਦਾ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲ ਟਾਊਨ ਐਕਸਟੈਂਸ਼ਨ ਦੇ ਇਸ ਵਿਸ਼ਾਲ ਹਾਲ ਦੇ ਵਿੱਚ ਲਾਉਣ ਦਾ ਪ੍ਰਬੰਧ ਕੀਤਾ। ਮੈਂ ਜਿੱਥੇ ਇਹਨਾਂ ਨੂੰ ਆਪਣੇ ਵੱਲੋਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ, ਉੱਥੇ ਕਾਮਨਾ ਕਰਦਾ, ਅਰਦਾਸ ਕਰਦਾ ਸਤਿਗੁਰੂ ਇਹਨਾਂ ਨੂੰ ਆਪਣੇ ਮਿਸ਼ਨ 'ਚ ਕਾਮਯਾਬੀ ਬਖਸ਼ੇ। ਇਸੇ ਤਰ੍ਹਾਂ ਸਮਾਜ ਦੀ, ਔਰ ਮੈਂ ਸਮਝਦਾ ਕਿ ਬਲੱਡ ਡੋਨੇਸ਼ਨ ਜਿਹੜਾ ਹੈ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੁੰਦਾ, ਔਰ ਇੱਕ ਬਲੱਡ ਦੀ ਬੋਤਲ ਨਾਲ ਜਾਨ ਕਿਸੇ ਦੀ ਬਚਾਈ ਜਾ ਸਕਦੀ ਹੈ, ਔਰ ਮੈਂ ਸਮਝਦਾ ਕਿ ਬਹੁਤ ਵੱਡਾ ਪੁੰਨ ਹੈ ਜਿਹੜਾ ਸਾਥ ਤਰਨਜੀਤ ਸਿੰਘ ਜੀ ਨਿਮਾਣਾ ਅਤੇ ਉਹਨਾਂ ਦੇ ਸਾਥੀ ਬੜੀ ਸ਼ਿੱਦਤ ਨਾਲ ਬੜੀ ਦੇਰ ਤੋਂ ਕਰ ਰਹੇ ਨੇ, ਔਰ ਮੈਂ ਉਹਨਾਂ ਨੂੰ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਅੱਜ ਮਨੁੱਖਤਾ ਦੇ ਭਲੇ ਲਈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅਤੇ ਭਾਈ ਕਨਈਆ ਜੀ ਦੇ 315ਵੇਂ ਮੱਲਮ ਪੱਟੀ ਦਿਵਸ ਨੂੰ ਸਮਰਪਿਤ ਇਹ ਮਹਾਨ ਖੂਨਦਾਨ ਕੈਂਪ ਅੱਜ ਅਸੀਂ ਸ਼੍ਰੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਦੇ ਨਾਲ ਇਸ ਖੂਨਦਾਨ ਕੈਂਪ ਨੂੰ ਲਗਾਇਆ, ਅਤੇ ਮੈਂ ਇਹਨਾਂ ਦਾ ਸਹਿਯੋਗ ਕਰਨ 'ਤੇ ਜਥੇ ਅਵਤਾਰ ਸਿੰਘ ਜੀ ਦਾ ਅਤੇ ਇਹਨਾਂ ਦੀ ਕਮੇਟੀ ਦਾ ਦਿਲੀ ਗ੍ਰਹਿ ਧੰਨਵਾਦ ਕੀਤਾ ਜਿਨ੍ਹਾਂ ਨੇ ਸਹਿਯੋਗ ਕੇ ਇਸ ਕੈਂਪ ਨੂੰ ਸਫਲ ਬਣਾਉਣ 'ਚ ਸਾਨੂੰ ਆਪਣਾ ਸਹਿਯੋਗ ਦਿੱਤਾ। ਔਰ ਸਭ ਤੋਂ ਵੱਡੀ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਕੈਂਪ ਅਸੀਂ ਸਾਡੇ ਸਾਰਾ ਸਾਲ ਹੀ ਚੱਲਦੇ ਰਹਿੰਦੇ ਆ। ਇਸ ਕੈਂਪ ਵਾਸਤੇ ਸੰਗਤਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਅਰਧ ਸ਼ਤਾਬਦੀ ਨੂੰ ਲੈ ਕੇ, 550 ਸਾਲਾਂ ਦੀ ਸ਼ਤਾਬਦੀ ਨੂੰ ਲੈ ਕੇ ਬਹੁਤ ਵੱਡਾ ਸੰਗਤਾਂ ਦੇ ਵਿੱਚ ਅੱਜ ਭਾਰੀ ਉਤਸ਼ਾਹ ਆ, ਔਰ ਬੀਬੀਆਂ ਵੀ ਅਤੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਆ ਰਹੇ ਆ। ਸੋ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਜਿਹੜੇ ਇੱਥੇ ਆ ਕੇ ਮਨੁੱਖਤਾ ਦੇ ਭਲੇ ਵਾਸਤੇ ਖੂਨਦਾਨ ਕਰ ਰਹੇ ਨੇ। ਮੈਂ ਸਾਰਿਆਂ ਦਾ ਹੀ ਸਭ ਤੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਕਨਈਆ ਮਿਸ਼ਨ ਸੇਵਾ ਸੁਸਾਇਟੀ ਦੀ ਸਾਰੀ ਟੀਮ ਵੱਲੋਂ ਅੱਜ ਇੱਕ ਬਹੁਤ ਹੀ ਇਤਿਹਾਸਿਕ ਦਿਨ, 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਗਟ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਮਾਡਲ ਟਾਊਨ ਐਕਸਟੈਂਸ਼ਨ ਗੁਰਦੁਆਰੇ ਦੇ ਵਿੱਚ ਲਗਾਇਆ ਜਾ ਰਿਹਾ ਹੈ, ਜਿੱਥੇ ਤੁਸੀਂ ਦੇਖੋ ਖੂਨਦਾਨ ਇੱਕ ਐਸਾ ਕਹਿ ਰਹੇ ਇਹ ਇੱਕ ਦਾਨ ਹੈਗਾ ਹੈ ਜਿਹਦੇ ਨਾਲ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਹੈਗੇ ਹਾਂ। ਅੱਜ ਬਹੁਤ ਹੀ ਨੌਜਵਾਨ, ਬਜ਼ੁਰਗ, ਮਹਿਲਾਵਾਂ ਭਾਰੀ ਮਾਤਰਾ ਦੇ ਵਿੱਚ ਇੱਥੇ ਆ ਕੇ ਖੂਨਦਾਨ ਕਰ ਰਹੀਆਂ ਹੈਗੀਆਂ ਨੇ, ਔਰ ਇੱਕ ਇਤਿਹਾਸਿਕ ਦਿਨ ਨੂੰ, ਇਹ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਹ ਦਿਨ ਮਨਾਇਆ ਜਾ ਰਿਹਾ, ਜਿੱਥੇ ਕਈ ਸਾਲਾਂ ਤੋਂ ਭਾਈ ਕਨਈਆ ਮਿਸ਼ਨ ਸੇਵਾ ਸੁਸਾਇਟੀ ਦੇ ਨਿਮਾਣਾ ਤਰਨਜੀਤ ਸਿੰਘ ਨਿਮਾਣਾ ਵੱਲੋਂ ਦੀ ਇਹ ਸੇਵਾ ਨਿਭਾਈ ਜਾ ਰਹੀ ਹੈਗੀ ਆ। ਉਹਨਾਂ ਦੀ ਟੀਮ ਨੂੰ ਅਸੀਂ ਜੀਆਂ ਆ ਆਖਦੇ ਹਾਂ, ਔਰ ਥੈਂਕਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਔਰ ਐਸਾ ਸਮਾਜ ਸੇਵਾ ਦਾ ਕੰਮ ਹਮੇਸ਼ਾ ਕਰਦੇ ਰਹਿਣ। ਲੁਧਿਆਣਾ ਤੋਂ RS ਖਾਲਸਾ ਦੇ ਨਾਲ ਗੁਰਮੀਤ ਨਿੱਜਰ ਦੀ ਰਿਪੋਰਟ, ਫੋਕਸ .ਪੰਜਾਬੀ।
ਯੂਅਰ ਸਿਟੀ ਯੂਅਰ ਨਿਊਜ਼।